ਸੁਲਤਾਨਵਿੰਡ ਦੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਲੜਿੰਦੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਬਚਨ ਸਿੰਘ ਦਾ ਕਹਿਣਾ ਹੈ ਕਿ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਅਤੇ ਇਸੇ ਤਰ੍ਹਾਂ ਨਿਊ ਅੰਮ੍ਰਿਤਸਰ ਦੇ ਇੱਕ ਸ਼ਰਾਬ ਦੇ ਠੇਕੇਦਾਰ ਕੋਲੋਂ ਨਕਦੀ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਇੱਕ ਤਸਕਰ ਦੇ ਕੋਲੋਂ ਦੇਸੀ ਸ਼ਰਾਬ ਦੀਆਂ 80 ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਥਾਣਾ ਸੁਲਤਾਨਵਿੰਡ ਦੇ ਮੁਖੀ ਬਚਨ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ, ਕੱਲ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਸਿਟੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਲੁੱਟ ਦੇ ਕੇਸ ਦੇ ਵਿੱਚ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ 32 ਬੋਰ ਦਾ ਪਿਸਟਲ ਅਤੇ ਦੋ ਕਾਰਤੂਸ ਅਤੇ ਇੱਕ ਦਾਤਰ ਬਰਾਮਦ ਕੀਤਾ। ਇਹਨਾਂ ਦੇ ਦੋ ਸਾਥੀ ਹਾਲੇ ਫਰਾਰ ਨੇ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਹਾਲੇ ਬਾਕੀ ਆ। ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ, ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਫਤੀਸ਼ ਆ ਉਹ ਅਮਲ ਵਿੱਚ ਲਿਆ ਕੇ ਇਹਨਾਂ ਦੀ ਪੂਰੀ ਡਿਟੇਲ ਕਿ ਇਹ ਕੰਮ ਇਹਨਾਂ ਨੇ ਕਿਉਂ ਕੀਤਾ, ਕਿਸ ਤਰ੍ਹਾਂ ਕੀਤਾ ਜਾਂ ਕਿਸ ਗੈਂਗ ਦੇ ਮੈਂਬਰ ਨੇ, ਉਹ ਕੀਤਾ ਜਾਊਗਾ। ਦੂਸਰਾ ਮੁਕੱਦਮਾ ਸਾਡਾ ਜਿਹੜਾ ਵਾ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਹੋਇਆ, ਜਿੱਥੇ ਇੱਕ 10 ਸਾਲ ਦੀ ਬੱਚੀ ਦੇ ਨਾਲ ਇੱਕ 25 ਸਾਲ ਦੇ ਮਨੋਜ ਕੁਮਾਰ ਨਾਂ ਦੇ ਲੜਕੇ ਨੇ ਰੇਪ ਕੀਤਾ। ਰੇਪ ਕਰਨ ਤੋਂ ਬਾਅਦ 'ਚ ਉਹਨੂੰ ਡਰਾ ਧਮਕਾ ਕੇ ਘਰ ਭੇਜ ਦਿੱਤਾ। ਜਿਹੜਾ ਮਾਂ ਪਿਓ ਸੀਗਾ ਉਹਨਾਂ ਨੇ ਸਵੇਰੇ ਸਾਨੂੰ ਇਤਲਾਹ ਦਿੱਤੀ, ਅਸੀਂ ਪਰਚਾ ਦਰਜ ਕੀਤਾ ਅਤੇ ਅੱਜ ਜਿਹੜਾ ਕੱਲ੍ਹ ਸ਼ਾਮੀ ਅਸੀਂ ਮਨੋਜ ਕੁਮਾਰ ਨੂੰ ਜਿਹੜਾ ਸੀਗਾ ਉਹ ਗ੍ਰਿਫਤਾਰ ਕਰ ਲਿਆ। ਮਨੋਜ ਕੁਮਾਰ ਦਾ ਵੀ ਜਿਹੜਾ ਵਾ ਰਿਮਾਂਡ ਹਾਸਲ ਕੀਤਾ ਜਾ ਰਿਹਾ, ਵੀ ਉਸਨੇ 10 ਸਾਲ ਦੀ ਬੱਚੀ ਜਿਹੜੀ 5ਵੀਂ ਕਲਾਸ ਦੀ ਸਟੂਡੈਂਟ ਹੈ ਸਰਕਾਰੀ ਐਲੀਮੈਂਟਰੀ ਸਕੂਲ ਦੀ, ਉਹਦੇ ਨਾਲ ਇਹ ਹਰਕਤ ਕਿਉਂ ਕੀਤੀ ਆ। ਤੀਸਰਾ ਮੁਕੱਦਮਾ ਸਾਡਾ, ਸਾਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਤਨਤਾ ਰੋਡ ਦੇ ਉੱਤੇ ਸੰਤ ਭੂਰੀ ਵਾਲਿਆਂ ਦੇ ਡੇਰੇ ਦੇ ਲਾਗੇ ਨਾਕਾਬੰਦੀ ਲਾ ਕੇ ਚੈਕਿੰਗ ਸ਼ੁਰੂ ਕੀਤੀ ਤਾਂ ਇੱਕ ਮੋਟਰਸਾਈਕਲ 'ਤੇ ਨੌਜਵਾਨ, ਦੋ ਕੈਨ ਜਿਹਨੇ ਮੋਟਰਸਾਈਕਲ ਨਾਲ ਬੱਧੇ ਸੀਗੇ, ਉਹ ਆਇਆ, ਜਿਹਨੂੰ ਰੋਕਿਆ। ਰੋਕ ਕੇ ਚੈੱਕ ਕੀਤਾ ਅਤੇ ਉਹਦੇ ਕੋਲੋਂ 80 ਬੋਤਲਾਂ ਸ਼ਰਾਬ ਨਜਾਇਜ਼ ਜਿਹੜੀ ਆ ਉਹ ਬਰਾਮਦ ਹੋਈ। ਉਹਦੇ ਖਿਲਾਫ਼ ਵੀ ਪਰਚਾ ਦਰਜ ਕਰਕੇ ਅੱਜ ਉਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ, ਉਹਦਾ ਵੀ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਕਿ ਉਹਦੇ ਕੋਲ ਵੀ ਪਤਾ ਲਾਇਆ ਜਾ ਸਕੇ ਕਿ ਇਹ ਜਿਹੜੀ ਸ਼ਰਾਬ ਸੀਗੀ, ਜਿਹੜੀ ਦੇਸੀ ਸ਼ਰਾਬ, ਇਹਨੇ ਕਿੱਥੋਂ ਲਿਆਂਦੀ ਜਾਂ ਇਹਦੇ ਵਿਕਰੇਤਾ ਜਿਹੜੇ ਪਿੱਛੇ ਨੇ ਉਹ ਕੌਣ ਨੇ। ਇਹ ਸਾਰਾ ਕੁਛ ਇਕੱਠਾ ਕਰਕੇ ਅਗਲੀ ਤਫਤੀਸ਼ ਜਿਹੜੀ ਆ ਉਹ ਰਿਮਾਂਡ ਤੋਂ ਬਾਅਦ ਜਿਹੜੀ ਉਹ ਕੀਤੀ ਜਾਊ। ਇਹਨਾਂ ਨੂੰ ਹੌਸਲੇ ਕਿੱਥੋਂ ਮਿਲਦੇ ਆ? ਆਏ ਦਿਨ ਕ੍ਰਾਈਮ ਵੱਧਦਾ ਜਾਂਦਾ ਵਾ, ਇਹਦੇ ਬਾਰੇ ਕੀ ਕਹਿੰਦੇ? ਨਸ਼ਿਆਂ ਦੀ ਪੂਰਤੀ ਅਤੇ ਸਮਾਜ 'ਚ ਅੱਗੇ ਜਿਹੜਾ ਅਮੀਰ ਬਣਨ ਦਾ ਜਿਹੜਾ ਚਸਕਾ, ਸਾਧਨ, ਮੋਬਾਈਲ, ਮੋਟਰਸਾਈਕਲ ਅਤੇ ਬ੍ਰਾਂਡਡ ਕੱਪੜੇ, ਇਹ ਇਹਨਾਂ ਨੂੰ ਇੱਧਰ ਜਿਹੜੇ ਆ ਕ੍ਰਾਈਮ ਵੱਲ ਖਿੱਚ ਕੇ ਲੈ ਕੇ ਆਉਂਦੇ ਨੇ। ਸਭ ਤੋਂ ਵੱਡਾ ਕਾਰਨ ਜਿਹੜਾ ਆ ਉਹ ਹੁਣ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਆ ਇਹਦੇ 'ਚ ਕੱਪੜਿਆਂ ਦਾ ਕੰਪੀਟੀਸ਼ਨ, ਨਸ਼ੇ ਦਾ ਕੰਪੀਟੀਸ਼ਨ ਆ, ਸਿਹਤ ਦਾ ਕੰਪੀਟੀਸ਼ਨ ਤਾਂ ਕਿਤੇ ਰਿਹਾ ਹੀ ਨਹੀਂ। ਤੋ ਇਹਨਾਂ ਦੀ ਪੂਰਤੀ ਕਰਕੇ, ਦਿਖਾਵੇ ਕਰਨ ਕਰਕੇ ਵਾਧੂ ਖਰਚਾ ਕਰਨਾ ਆਮਦਨ ਤੋਂ ਜ਼ਿਆਦਾ, ਤੋ ਫਿਰ ਇਹਨਾਂ ਨੂੰ ਇਹਨਾਂ ਕੰਮਾਂ ਦੀ ਲੋੜ ਪੈਂਦੀ।